ਤਾਂ ਭਗਵਾਨ ਵੇਚ ਗਏ, ਲੱਖਾਂ ਦਾ ਸਾਮਾਨ ਵੇਚ ਗਏ, ਜੱਟਾ ਤੇਰੀ ਕਣਕ ਵਿਕੇ ਨਾ, ਨੇਤਾ ਹਿੰਦੁਸਤਾਨ ਵੇਚ ਗਏ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ ਤੇ ਮੈਂ ਸ਼ਾਲੂ ਤੁਹਾਡਾ ਸਵਾਗਤ ਕਰਦੀ ਹਾਂ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਸਾਡੇ ਜੋ ਦੇਸ਼ ਦੀ ਕੇਂਦਰ ਸਰਕਾਰ ਹੈ ਉਹੀ ਅੱਜ ਕਿਸਾਨਾਂ ਨੂੰ ਵੇਚਣ ਤੇ ਲੱਗੀ ਹੋਈ ਹੈ ਤੇ ਕਿਸਾਨ ਬਾਰ ਬਾਰ ਇੱਕੋ ਹੀ ਆਵਾਜ਼ ਉਠਾ ਰਹੇ ਨੇ ਕਿ ਅਸੀਂ ਵਿਕਣ ਲਈ ਤਿਆਰ ਨਹੀਂ ਹਾਂ। ਕੇਂਦਰ ਸਰਕਾਰ ਆਪਣੀ ਜ਼ਿੱਦ ਤੇ ਅੜੀ ਹੋਈ ਹੈ ਤੇ ਕਿਸਾਨ ਆਪਣੇ ਹੌਸਲੇ ਬੁਲੰਦ ਰੱਖੇ ਹੋਏ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਲੜਾਈ ਜਿੱਤ ਕੇ ਹੀ ਵਾਪਸ ਹਟਾਂਗੇ। ਅੱਜ ਆਪਾਂ ਗੱਲ ਕਰਦੇ ਹਾਂ 26 ਤਾਰੀਖ ਨੂੰ ਹੋਣ ਵਾਲੀ ਟਰੈਕਟਰ ਰੈਲੀ ਦੇ ਬਾਰੇ। ਜੀ ਹਾਂ, ਇੱਕ ਪਾਸੇ ਕਿਸਾਨੀ ਸੰਘਰਸ਼ ਹੈ ਤੇ ਇੱਕ ਪਾਸੇ ਕੇਂਦਰ ਸਰਕਾਰ ਦਾ ਕਹਿਰ। ਤੁਹਾਨੂੰ ਪਤਾ ਹੀ ਕਿ 26 ਤਾਰੀਖ ਨੂੰ ਲੈ ਕੇ ਕਾਫੀ ਜ਼ਿਆਦਾ ਮਤਭੇਦ ਸਾਹਮਣੇ ਆ ਰਹੇ ਹਨ। ਕਾਫੀ ਜੋ ਕਿਸਾਨ ਹਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ 26 ਤਾਰੀਖ ਨੂੰ ਲਾਲ ਕਿਲੇ ਤੇ ਜਾ ਕੇ ਝੰਡਾ ਲਹਿਰਾਵਾਂਗੇ ਅਤੇ ਝੰਡਾ ਹਿੰਦੁਸਤਾਨ ਦਾ ਨਹੀਂ ਬਲਕਿ ਕਿਸਾਨੀ ਝੰਡਾ ਹੋਵੇਗਾ, ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ ਅਤੇ ਸਭ ਤੋਂ ਜ਼ਿਆਦਾ ਜੋਸ਼ ਨਜ਼ਰ ਆ ਰਿਹਾ ਹੈ ਪੰਜਾਬ ਦੇ ਅਤੇ ਹਰਿਆਣਾ ਦੇ ਨੌਜਵਾਨਾਂ ਦੇ ਵਿੱਚ। ਸਿਰਫ ਪੰਜਾਬ ਹਰਿਆਣਾ ਹੀ ਨਹੀਂ, ਇਸ ਤੋਂ ਇਲਾਵਾ ਹੋਰ ਵੀ ਕਿੰਨੇ ਹੀ ਸੂਬੇ ਹੁਣ ਪੰਜਾਬ ਹਰਿਆਣਾ ਦੇ ਨਾਲ ਨਜ਼ਰ ਆ ਰਹੇ ਨੇ, ਪਰ ਜੋ ਪੰਜਾਬੀ ਅਤੇ ਹਰਿਆਣਾ ਦੇ ਲੋਕ ਹਨ ਉਹਨਾਂ ਦਾ ਖਾਸ ਤੌਰ ਤੇ ਕਹਿਣਾ ਹੈ ਕਿ ਅਸੀਂ ਤਾਂ ਲਾਲ ਕਿਲੇ ਤੇ ਝੰਡਾ ਲਹਿਰਾ ਕੇ ਹੀ ਹਟਾਂਗੇ, ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਛਿੜੀ ਹੋਈ ਹੈ। ਪਰ ਇੱਕ ਪਾਸੇ ਕਿਸਾਨ, ਜੋ ਨੌਜਵਾਨ ਕਿਸਾਨ ਹਨ ਉਹਨਾਂ ਦਾ ਹੌਸਲਾ ਤੇ ਇੱਕ ਪਾਸੇ ਸਾਡੇ ਕਿਸਾਨ ਜਥੇਬੰਦੀਆਂ ਦੀ ਮਤ। ਜੀ ਹਾਂ, ਕਹਿੰਦੇ ਨੇ ਕਿ ਬਜ਼ੁਰਗਾਂ ਦੀ ਮਤ ਹਮੇਸ਼ਾ ਚੰਗੀ ਹੁੰਦੀ ਹੈ ਅਤੇ ਇਹੋ ਕਾਰਨ ਹੈ ਕਿ ਜੋ ਸਾਡੇ ਬਜ਼ੁਰਗ ਕਿਸਾਨ ਜਥੇਬੰਦੀਆਂ ਹਨ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਹੋ ਜਿਹੇ ਸਮੇਂ ਦੇ ਵਿੱਚ ਜੋ ਸ਼ਾਂਤੀ ਨਾਲ ਕੰਮ ਲੈਣਾ ਚਾਹੀਦਾ ਹੈ। ਇਹਨਾਂ ਨੂੰ ਹੁਣ ਆਪਾਂ ਅਫਵਾਹਾਂ ਹੀ ਕਹਾਂਗੇ, ਕਿਉਂਕਿ ਜੋ ਸਾਡੇ 40 ਕਿਸਾਨ ਜਥੇਬੰਦੀਆਂ ਹਨ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਇਹੋ ਜਿਹਾ ਕੁਛ ਨਹੀਂ ਹੋਵੇਗਾ, ਯਾਨੀ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਹੁਣ ਝੰਡਾ ਨਹੀਂ ਫਹਿਰਾਇਆ ਜਾਵੇਗਾ। ਹਾਲਾਂਕਿ ਇਹ ਸਾਬਿਤ ਹੋ ਚੁੱਕਿਆ ਹੈ ਕਿ ਟਰੈਕਟਰ ਮਾਰਚ ਹੋਵੇਗਾ, ਪਰ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਕਿ ਇਹ ਟਰੈਕਟਰ ਮਾਰਚ ਦਿੱਲੀ ਦੇ ਅੰਦਰ ਲਾਲ ਕਿਲੇ ਦੇ ਉੱਤੇ ਹੋਵੇਗਾ, ਜਿਸ ਨੂੰ ਲੈ ਕੇ ਕਾਫੀ ਲੋਕਾਂ ਨੇ ਇਸ ਗੱਲ ਦੀ ਨਿੰਦਿਆ ਵੀ ਕੀਤੀ ਹੈ। ਪਰ ਜੋ ਲੋਕ ਇਸ ਗੱਲ ਨੂੰ ਸਮਝ ਰਹੇ ਹਨ ਕਿ ਕਿਸਾਨ ਜਥੇਬੰਦੀਆਂ ਇਸ ਤਰ੍ਹਾਂ ਕਿਉਂ ਕਰ ਰਹੀਆਂ ਹਨ, ਉਹ ਇਸ ਗੱਲ ਨੂੰ ਸਹਿਮਤੀ ਨਾਲ ਵੀ ਵਰਤ ਰਹੇ ਹਨ। ਹੁਣ ਇੱਕ ਚਿੱਠੀ ਸਾਹਮਣੇ ਆਈ ਸੀ ਸਾਡੇ ਕਿਸਾਨ ਜਥੇਬੰਦੀਆਂ ਦੇ ਵੱਲੋਂ, ਜਿਸ ਦੇ ਵਿੱਚ ਸਾਫ਼ ਤੌਰ 'ਤੇ ਲਿਖਿਆ ਗਿਆ ਸੀ ਕਿ ਜੋ ਨੌਜਵਾਨ ਕਿਸਾਨ ਹਨ ਜਾਂ ਨੌਜਵਾਨ ਭੜਕਾਊ ਅਨਸਰ ਹਨ ਉਹ ਇਸ ਤਰ੍ਹਾਂ ਦੀਆਂ ਅਫਵਾਹਾਂ ਨਾ ਉਡਾਉਣ, ਕਿਉਂਕਿ ਜੋ ਪੰਜਾਬ ਦਾ ਕਿਸਾਨ ਹੈ ਉਹ ਬਿਲਕੁਲ ਵੀ ਨਹੀਂ ਚਾਹੁੰਦਾ ਕਿ ਅਸੀਂ ਕੋਈ ਹਿੰਸਾ ਅੱਗੇ ਲੈ ਕੇ ਆਈਏ। ਹਿੰਸਾ ਇਸ ਕਾਰਨ ਕਿਹਾ ਜਾ ਰਿਹਾ ਹੈ ਕਿਉਂਕਿ ਸਾਫ਼ ਤੌਰ 'ਤੇ ਪਤਾ ਹੈ ਕਿ ਜੇਕਰ ਕਿਸਾਨ ਉੱਥੇ ਜਾ ਕੇ, ਯਾਨੀ ਜੇਕਰ ਭਾਵੇਂ ਨੌਜਵਾਨ ਕਿਸਾਨ ਹੋਣ ਭਾਵੇਂ ਬਜ਼ੁਰਗ ਕਿਸਾਨ ਹਨ, ਜੇਕਰ ਉਹ ਉੱਥੇ ਜਾ ਕੇ ਯਾਨੀ ਲਾਲ ਕਿਲੇ 'ਤੇ ਜਾ ਕੇ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕਰਨਗੇ ਤਾਂ ਕੋਈ ਵੀ ਹਿੰਸਾ ਵਾਪਰ ਸਕਦੀ ਹੈ, ਕਿਉਂਕਿ ਕੇਂਦਰ ਸਰਕਾਰ ਇਸ ਗੱਲ ਨੂੰ ਮਨਜ਼ੂਰੀ ਨਹੀਂ ਦੇ ਸਕਦੀ। ਅਤੇ ਕੇਂਦਰ ਸਰਕਾਰ ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਨੇ ਤਾਂ ਪਹਿਲਾਂ ਵੀ ਕਾਫੀ ਜ਼ਿਆਦਾ ਅੱਤਿਆਚਾਰ ਕੀਤੇ ਸੀ ਕਿਸਾਨਾਂ ਦੇ ਉੱਤੇ ਜਦੋਂ ਕਿਸਾਨ ਆਪਣਾ ਸ਼ਾਂਤੀਪੂਰਵਕ ਦਿੱਲੀ ਕੂਚ ਕਰਨਾ ਚਾਹੁੰਦੇ ਸਨ। ਖੈਰ, ਇਸ ਵਿਸ਼ੇ ਦੇ ਬਾਅਦ ਵਿੱਚ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਸ ਚਿੱਠੀ ਦੇ ਉੱਤੇ, ਕਿਸਾਨ ਜਥੇਬੰਦੀਆਂ ਦੇ ਵੱਲੋਂ ਚਿੱਠੀ ਸਾਂਝੀ ਕੀਤੀ ਗਈ, ਜਿਸ ਦੇ ਵਿੱਚ ਸਾਫ਼ ਤੌਰ 'ਤੇ ਕਿਹਾ ਗਿਆ ਕਿ ਇਹ ਅਫਵਾਹਾਂ ਹਨ, ਇਹੋ ਜਿਹਾ ਕੁਛ ਨਹੀਂ ਹੋਵੇਗਾ, ਜੋ ਟਰੈਕਟਰ ਮਾਰਚ ਹੈ ਉਹ ਕੀਤਾ ਜਾਵੇਗਾ ਪਰ ਸਿਰਫ ਔਰ ਸਿਰਫ ਜੋ ਬਾਰਡਰਸ ਹਨ ਉਹਨਾਂ ਦੇ ਉੱਤੇ ਕੀਤਾ ਜਾਵੇਗਾ ਅਤੇ ਟਰੈਕਟਰ ਰੈਲੀ ਕੱਢੀ ਜਾਵੇਗੀ। ਅਤੇ ਉਹਨਾਂ ਦਾ ਕਹਿਣਾ ਹੈ, ਯਾਨੀ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਭ ਕੁਝ ਸ਼ਾਂਤੀਪੂਰਵਕ ਹੀ ਹੋਵੇਗਾ, ਇਹੋ ਜਿਹਾ ਕੋਈ ਕਦਮ ਨਹੀਂ ਚੁੱਕਿਆ ਜਾਵੇਗਾ ਜਿਸ ਦੇ ਨਾਲ ਕੇਂਦਰ ਸਰਕਾਰ ਨੂੰ ਕੋਈ ਦਿੱਕਤ ਹੋਵੇ। ਪਰ ਹੁਣ ਇੱਥੇ ਆਪਾਂ ਗੱਲ ਕਰਦੇ ਹਾਂ ਕੇਂਦਰ ਸਰਕਾਰ ਦੀ, ਕੇਂਦਰ ਸਰਕਾਰ ਨੂੰ ਫਿਰ ਵੀ ਦਿੱਕਤ ਹੋ ਰਹੀ ਹੈ। ਜੀ ਹਾਂ, ਕੇਂਦਰ ਸਰਕਾਰ ਜੋ ਕਿ ਬਾਰ ਬਾਰ ਇਹ ਸਾਬਿਤ ਕਰਨਾ ਚਾਹ ਰਹੀ ਹੈ ਆਪਣੇ ਗੋਦੀ ਮੀਡੀਆ ਦੇ ਰਾਹੀਂ ਵੀ ਕਿ ਜੋ ਕਿਸਾਨ ਹਨ ਉਹ ਜੋ ਹਿੰਸਾ ਫੈਲਾ ਰਹੇ ਹਨ, ਖੂਨ ਖਰਾਬਾ ਕਰ ਰਹੇ ਹਨ, ਜਦਕਿ ਕੇਂਦਰ ਸਰਕਾਰ ਨੂੰ ਇਹ ਗੱਲ ਸਮਝ ਜਾਣੀ ਚਾਹੀਦੀ ਹੈ ਕਿ ਜੇਕਰ ਖੂਨ ਖਰਾਬੇ ਦੀ ਵੀ ਗੱਲ ਹੈ ਤਾਂ ਕੇਂਦਰ ਸਰਕਾਰ ਦੇ ਸਿਰ 'ਤੇ ਇਲਜ਼ਾਮ ਆ ਰਿਹਾ ਹੈ, ਕਿਉਂਕਿ ਖੂਨ ਖਰਾਬਾ ਕਿਸਾਨਾਂ ਨੇ ਕਿਸੇ ਹੋਰ ਦਾ ਨਹੀਂ ਕੀਤਾ ਬਲਕਿ ਕਿਸਾਨ ਸ਼ਾਂਤੀਪੂਰਵਕ ਧਰਨੇ ਲਗਾ ਰਹੇ ਹਨ ਅਤੇ ਇਹੋ ਕਾਰਨ ਹੈ ਕਿ ਕਿਸਾਨ ਖੁਦ ਨੂੰ ਹੀ ਮੌਤ ਦੇ ਰਹੇ ਹਨ। ਤੁਹਾਨੂੰ ਪਤਾ ਹੀ ਕਿ 70 ਤੋਂ ਉੱਪਰ ਗਿਣਤੀ ਹੋ ਚੁੱਕੀ ਹੈ ਕਿਸਾਨਾਂ ਦੀ ਮੌਤ ਦੀ, ਜਿਨ੍ਹਾਂ ਦੇ ਵਿੱਚ ਕਿੰਨੇ ਹੀ ਕਿਸਾਨ ਤਾਂ ਕੁਛ ਇਸ ਤਰ੍ਹਾਂ ਸ਼ਹੀਦ ਹੋਏ ਹਨ ਕਿ ਕਈ ਕਿਸਾਨਾਂ ਨੂੰ ਹਾਰਟ ਅਟੈਕ ਆਇਆ, ਕਈ ਠੰਡ ਕਾਰਨ ਮਰ ਗਏ, ਪਰ ਕਈਆਂ ਨੇ ਸਲਫਾਜ਼ ਪੀਤੀ ਹੈ, ਕਈਆਂ ਨੇ ਫਾਂਸੀ ਲਗਾਈ ਹੈ ਖੁਦ ਨੂੰ ਅਤੇ ਕਈਆਂ ਨੇ ਹੋਰ ਹੱਥਕੰਡੇ ਅਪਣਾਏ ਹਨ ਅਤੇ ਇੱਕ ਕਿਸਾਨ ਦੇ ਵੱਲੋਂ ਤਾਂ ਖੁਦ ਨੂੰ ਗੋਲੀ ਮਾਰ ਲਿੱਤੀ ਗਈ ਸਿਰਫ ਇਸੇ ਕਾਰਨ ਕਿ ਅਸੀਂ ਹਿੰਸਾ ਨਹੀਂ ਕਰਾਂਗੇ, ਅਸੀਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਵਾਂਗੇ। ਪਰ ਸਾਤੋਂ ਕਿਸਾਨਾਂ ਦਾ ਇਹ ਦੁੱਖ ਨਹੀਂ ਦੇਖਿਆ ਜਾ ਰਿਹਾ ਅਤੇ ਇਸੇ ਕਾਰਨ ਅਸੀਂ ਖੁਦ ਨੂੰ ਮਾਰ ਰਹੇ ਹਾਂ। ਪਰ ਇੱਥੇ ਤੁਹਾਨੂੰ ਦੱਸ ਦਈਏ ਕਿ ਫਿਰ ਵੀ ਕੇਂਦਰ ਸਰਕਾਰ ਨੂੰ ਪਤਾ ਨਹੀਂ ਕੀ ਡਰ ਖਾ ਰਿਹਾ ਹੈ ਕਿ ਕੇਂਦਰ ਸਰਕਾਰ ਹੁਣ ਇਸ ਵਿਸ਼ੇ 'ਤੇ ਆ ਚੁੱਕੀ ਹੈ ਕਿ ਅਸੀਂ
ਕਿਸਾਨਾਂ ਨੂੰ ਸ਼ਾਂਤੀਪੂਰਵਕ ਟਰੈਕਟਰ ਰੈਲੀ ਵੀ ਨਹੀਂ ਕਰਨ ਦੇਵਾਂਗੇ। ਜੀ ਹਾਂ, ਇਸ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਚਰਚਾ ਛਿੜੀ ਹੋਈ ਹੈ। ਤੁਹਾਨੂੰ ਪਤਾ ਕਿ ਕੁਝ ਸਮੇਂ ਪਹਿਲਾਂ ਕੇਂਦਰ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਇੱਕ ਅਰਜ਼ੀ ਦਿੱਤੀ ਗਈ ਜਿਸ ਦੇ ਵਿੱਚ ਕਿਹਾ ਗਿਆ ਕਿ ਜੋ ਕਿਸਾਨ ਹਨ ਉਹ 26 ਤਾਰੀਖ ਨੂੰ ਯਾਨੀ 26 ਜਨਵਰੀ ਨੂੰ ਆਪਣੀ ਟਰੈਕਟਰ ਰੈਲੀ ਕਰਨਾ ਚਾਹੁੰਦੇ ਹਨ ਅਤੇ ਅਸੀਂ ਨਹੀਂ ਚਾਹੁੰਦੇ ਕਿ ਉਹ ਟਰੈਕਟਰ ਰੈਲੀ ਕੀਤੀ ਜਾਵੇ। ਉੱਥੇ ਹੀ ਜੋ ਕੇਂਦਰ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਦਿੱਤੀ ਗਈ ਜਿਸ ਦੀ ਅੱਜ ਸੁਣਵਾਈ ਹੋ ਚੁੱਕੀ ਹੈ, ਇਸ ਦੇ ਉੱਤੇ ਵੀ ਆਪਾਂ ਗੱਲ ਕਰਾਂਗੇ। ਪਰ ਇੱਕ ਪਾਸੇ ਹੁਣ ਆਪਾਂ ਫਿਰ ਗੱਲ ਕਰਦੇ ਹਾਂ ਇਸ ਕੇਂਦਰ ਸਰਕਾਰ ਦੇ ਲੱਤੇ ਹੋਏ ਫੈਸਲੇ ਦੇ ਬਾਰੇ। ਇੱਕ ਪਾਸੇ ਕੇਂਦਰ ਸਰਕਾਰ ਦੇ ਵੱਲੋਂ ਅਰਜ਼ੀ ਦਿੱਤੀ ਗਈ ਸੁਪਰੀਮ ਕੋਰਟ ਦੇ ਵਿੱਚ ਅਤੇ ਦੂਜੇ ਪਾਸੇ ਗੋਦੀ ਮੀਡੀਆ ਦੇ ਵੱਲੋਂ ਬਾਰ ਬਾਰ ਇਹ ਦਿਖਾਇਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੇ ਖਿਲਾਫ 26 ਤਾਰੀਖ ਨੂੰ ਨਵਾਂ ਹੰਗਾਮਾ ਹੋਵੇਗਾ। ਜੀ ਹਾਂ, ਪਹਿਲਾਂ ਵੀ ਅਸੀਂ ਦੇਖ ਚੁੱਕੇ ਹਾਂ ਕਿਸਾਨਾਂ ਨੇ ਅਗਰ ਹੰਗਾਮਾ ਕਰਨਾ ਹੀ ਹੁੰਦਾ, ਕਿਸਾਨਾਂ ਨੇ ਕੋਈ ਹਿੰਸਾ ਕਰਨੀ ਹੀ ਹੁੰਦੀ ਤਾਂ ਕਿਸਾਨ ਘੱਟੋ ਘੱਟ ਇਹ 3 ਮਹੀਨਿਆਂ ਦੇ ਵਿੱਚ ਹਿੰਸਾ ਕਰ ਸਕਦੇ ਸਨ, ਪਰ ਕਿਸਾਨਾਂ ਨੇ ਇਹੋ ਜਿਹਾ ਕੁਝ ਵੀ ਨਹੀਂ ਕੀਤਾ। ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਸ਼ਾਂਤੀਪੂਰਵਕ ਹੀ ਆਪਣੇ ਹੱਕ ਲੈ ਕੇ ਜਾਵਾਂਗੇ, ਪਰ ਇੱਥੇ ਹੀ ਹੁਣ ਬਾਰ ਬਾਰ ਗੋਦੀ ਮੀਡੀਆ ਦੇ ਵੱਲੋਂ ਇਹ ਦਿਖਾਇਆ ਜਾ ਰਿਹਾ ਕਿ ਕਿਸਾਨ ਇਸ ਵਿਸ਼ੇ ਨੂੰ ਲੈ ਕੇ ਯਾਨੀ 26 ਤਾਰੀਖ ਨੂੰ ਲੈ ਕੇ ਆਪਣੇ ਟਰੈਕਟਰਾਂ ਨੂੰ ਮੋਡੀਫਾਈ ਕਰ ਰਹੇ ਹਨ ਅਤੇ ਉੱਥੇ ਅੰਤਕ ਫਲਾਣ ਦੀ ਕੋਸ਼ਿਸ਼ ਕਰ ਰਹੇ ਹਨ। ਯਾਨੀ ਇਸ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਕਿ ਜੇ ਕਿਸਾਨ ਆਪਣੇ ਟਰੈਕਟਰ ਨੂੰ ਮੋਡੀਫਾਈ ਕਰ ਰਿਹਾ ਤਾਂ ਉਹ ਕੋਈ ਆਤੰਕ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੇਂਦਰ ਸਰਕਾਰ ਉਦੋਂ ਸਾਡੇ ਤੇ ਉਂਗਲੀ ਯਾਨੀ ਕਿਸਾਨਾਂ ਤੇ ਉਂਗਲੀ ਚੱਕ ਸਕਦੀ ਹੈ ਜਦੋਂ ਕੇਂਦਰ ਸਰਕਾਰ ਨੂੰ ਇਹ ਸਾਫ਼ ਸਾਬਿਤ ਹੋਵੇ ਕਿ ਕਿਸਾਨ ਵਾਕਈ ਹੀ ਹਿੰਸਾ ਫੈਲਾਉਣਾ ਚਾਹੁੰਦੇ ਹਨ, ਜਦਕਿ ਉਸ ਸਮੇਂ ਨੂੰ ਲੈ ਕੇ ਯਾਨੀ 26 ਜਨਵਰੀ ਨੂੰ ਲੈ ਕੇ ਸਾਫ਼ ਤੌਰ 'ਤੇ ਕਿਸਾਨਾਂ ਨੇ ਕਹਿ ਦਿੱਤਾ ਹੈ ਕਿ ਸਾਡਾ ਕੋਈ ਵੀ ਨੌਜਵਾਨ ਜਾਂ ਕੋਈ ਵੀ ਕਿਸਾਨ ਜਥੇਬੰਦੀ ਦੇ ਵੱਲੋਂ ਇਹੋ ਜਿਹਾ ਕਦਮ ਨਹੀਂ ਚੁੱਕਿਆ ਜਾਵੇਗਾ ਜਿਸ ਦੇ ਨਾਲ ਕੋਈ ਹਿੰਸਾ ਵਾਪਰੇ। ਪਰ ਫਿਰ ਵੀ ਕੇਂਦਰ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਦਿੱਤੀ ਗਈ ਅਤੇ ਉਸ ਤੋਂ ਇਲਾਵਾ ਗੋਦੀ ਮੀਡੀਆ ਦੇ ਵੱਲੋਂ ਕਾਫੀ ਜ਼ਿਆਦਾ ਅਫਵਾਹਾਂ ਫੈਲਾਈਆਂ ਗਈਆਂ ਅਤੇ ਹੁਣ ਯਾਨੀ ਅੱਜ ਸੁਪਰੀਮ ਕੋਰਟ ਦੇ ਵੱਲੋਂ ਆਰਡਰ ਆ ਗਏ ਹਨ। ਸੁਪਰੀਮ ਕੋਰਟ ਦਾ ਵੀ ਆਪਣਾ ਕਿਸਾਨਾਂ ਦੇ ਵੱਲੋਂ ਤਾਂ ਇੱਕ ਤਰ੍ਹਾਂ ਦਾ ਪੱਲਾ ਹੀ ਝਾੜ ਦਿੱਤਾ ਹੈ। ਕਾਫੀ ਸਮੇਂ ਤੋਂ ਦੇਖਦੇ ਆ ਰਹੇ ਹਾਂ ਸੁਪਰੀਮ ਕੋਰਟ ਦੇ ਵੱਲੋਂ ਵੀ ਕਿਸਾਨਾਂ ਨੂੰ ਲੈ ਕੇ ਕੋਈ ਵੀ ਇਹੋ ਜਿਹਾ ਫੈਸਲਾ ਨਹੀਂ ਲਿੱਤਾ ਗਿਆ ਜਿਸ ਨੂੰ ਦੇਖਦੇ ਹੋਏ ਇਹ ਲੱਗੇ ਕਿ ਵਾਕਈ ਹੀ ਸੁਪਰੀਮ ਕੋਰਟ ਇਹਨਾਂ ਸਮਿਆਂ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਹੈ। ਵਾਕਈ ਹੀ ਇਹ ਸੁਣਨ ਨੂੰ ਤੁਹਾਨੂੰ ਕੌੜਾ ਸੱਚ ਲੱਗੇਗਾ, ਪਰ ਵਾਕਈ ਹੀ ਇਸ ਦੇ ਪਿੱਛੇ ਸੱਚਾਈ ਹੈ। ਹੁਣ ਆਪਾਂ ਸੁਪਰੀਮ ਕੋਰਟ ਦੇ ਅੱਜ ਦੇ ਫੈਸਲੇ ਦੀ ਗੱਲ ਕਰਦੇ ਹਾਂ। ਸੁਪਰੀਮ ਕੋਰਟ ਦਾ ਹਜੇ ਅਗਲਾ ਫੈਸਲਾ ਆਉਣਾ ਹੈ, ਪਰ ਅੱਜ ਦੇ ਫੈਸਲੇ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਹੈ ਕਿ ਦਿੱਲੀ ਪੁਲਿਸ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਨੇ ਕਿਸਾਨਾਂ ਨੂੰ ਦਿੱਲੀ ਅੰਦਰ ਜਾਣ ਦੇਣਾ ਹੈ ਯਾਨੀ ਅੰਦਰ ਜਾ ਕੇ ਪਰੇਡ ਕਰਨ ਦੇਣੀ ਹੈ ਜਾਂ ਫਿਰ ਨਹੀਂ। ਯਾਨੀ ਸਾਫ਼ ਤੌਰ 'ਤੇ ਜੋ ਸੁਪਰੀਮ ਕੋਰਟ ਨੇ ਉਸਨੇ ਆਪਣੇ ਵੱਲੋਂ ਪੱਲਾ ਝਾੜ ਦਿੱਤਾ ਹੈ ਅਤੇ ਸੁਪਰੀਮ ਕੋਰਟ ਦੇ ਵੱਲੋਂ ਹੁਣ ਕਿਸਾਨਾਂ ਦੇ ਉੱਤੇ ਗੱਲ ਨਹੀਂ ਕੋਈ ਕਹੇਗੀ, ਪਰ ਪੁਲਿਸ ਦੇ ਉੱਤੇ ਕਹਿ ਦਿੱਤੀ ਗਈ ਹੈ ਕਿ ਦਿੱਲੀ ਪੁਲਿਸ ਦੇਖੇਗੀ ਕਿ ਕਿਸਾਨਾਂ ਨੇ ਅੱਗੇ ਜਾਣਾ ਹੈ ਜਾਂ ਨਹੀਂ। ਹੁਣ ਦਿੱਲੀ ਪੁਲਿਸ ਦੀ ਗੱਲ ਕਰ ਲੈਂਦੇ ਹਾਂ, ਦਿੱਲੀ ਪੁਲਿਸ ਕਿਸ ਦੇ ਇਸ਼ਾਰੇ 'ਤੇ ਚੱਲਦੀ ਹੈ? ਇਹ ਬਿਲਕੁਲ ਕਲੀਅਰ ਹੈ ਕਿ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਹੀ ਦਿੱਲੀ ਪੁਲਿਸ ਚੱਲਦੀ ਹੈ। ਪਹਿਲਾਂ ਵੀ ਕੇਂਦਰ ਦੇ ਇਸ਼ਾਰੇ ਦੇ ਉੱਤੇ ਦਿੱਲੀ ਪੁਲਿਸ ਦੇ ਵੱਲੋਂ ਕਾਫੀ ਜ਼ਿਆਦਾ ਅੱਤਿਆਚਾਰ ਕਿਸਾਨਾਂ ਦੇ ਉੱਤੇ ਹੋ ਚੁੱਕੇ ਹਨ ਜਦੋਂ ਕਿਸਾਨਾਂ ਦੇ ਵੱਲੋਂ ਕੋਈ ਕਦਮ ਚੁੱਕਿਆ ਵੀ ਨਹੀਂ ਗਿਆ ਸੀ। ਕਿਸਾਨ ਸਿਰਫ ਦਿੱਲੀ ਜਾਣਾ ਚਾਹੁੰਦੇ ਸਨ ਅਤੇ ਉਹਨਾਂ ਦੇ ਉੱਤੇ ਆਸੂ ਗੈਸ ਦੇ ਗੋਲੇ, ਉਹਨਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਅਤੇ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ, ਜਦਕਿ ਕਿਸਾਨ ਸ਼ਾਂਤੀਪੂਰਵਕ ਜਾਣਾ ਚਾਹੁੰਦੇ ਸਨ। ਤਾਂ ਕੀ ਤੁਹਾਨੂੰ ਹੁਣ ਲੱਗਦਾ ਹੈ ਕਿ ਸੁਪਰੀਮ ਕੋਰਟ ਨੇ ਜੋ ਦਿੱਲੀ ਪੁਲਿਸ ਦੇ ਉੱਤੇ ਗੱਲ ਗੇਰ ਦਿੱਤੀ ਹੈ ਕਿ ਦਿੱਲੀ ਪੁਲਿਸ ਉਸ ਦਿਨ ਸ਼ਾਂਤ ਰਹੇਗੀ? ਬਿਲਕੁਲ ਨਹੀਂ। ਜੇਕਰ ਕਿਸਾਨ ਆਪਣੀ ਟਰੈਕਟਰ ਰੈਲੀ ਕਰਨ 'ਤੇ ਅੜ ਵੀ ਜਾਂਦੇ ਹਨ ਤਾਂ ਦਿੱਲੀ ਪੁਲਿਸ ਉਹਨਾਂ ਦੇ ਉੱਤੇ ਲਾਠੀ ਚਾਰਜ ਕਰੇਗੀ ਹੀ ਕਰੇਗੀ, ਆਸੂ ਗੈਸ ਦੇ ਗੋਲੇ ਸਿੱਟੇਗੀ ਸਿੱਟੇਗੀ। ਇਹ ਸਾਫ਼ ਕਲੀਅਰ ਹੋ ਜਾਵੇਗਾ ਆਉਣ ਵਾਲੀ 26 ਤਾਰੀਖ ਨੂੰ, ਕਿਉਂਕਿ ਵਾਕਈ ਹੀ ਜੇ ਦਿੱਲੀ ਪੁਲਿਸ 'ਤੇ ਹੀ ਗੱਲ ਆਉਂਦੀ ਹੈ ਤਾਂ ਦਿੱਲੀ ਪੁਲਿਸ ਦੇ ਵੱਲੋਂ ਕੋਈ ਨਾ ਕੋਈ ਕਦਮ ਚੁੱਕਿਆ ਜਾਵੇਗਾ ਹੀ ਅਤੇ ਇਹ ਸਾਫ਼ ਤੌਰ 'ਤੇ ਗੱਲ ਫਿਰ ਆਵੇਗੀ ਕੇਂਦਰ ਸਰਕਾਰ ਦੇ ਉੱਤੇ, ਕਿਉਂਕਿ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਹੀ ਪੁਲਿਸ ਕੋਈ ਕਦਮ ਚੁੱਕੇਗੀ। ਖੈਰ, ਇਹ ਇੱਥੋਂ ਤੱਕ ਦਾ ਮੁੱਦਾ ਹੈ 26 ਤਾਰੀਖ ਨੂੰ ਲੈ ਕੇ, 26 ਜਨਵਰੀ ਦੇ ਮੁੱਦੇ ਨੂੰ ਲੈ ਕੇ। ਪਰ ਦੇਖਣਾ ਇਹ ਹੋਵੇਗਾ ਕਿ ਹੁਣ ਕੇਂਦਰ ਸਰਕਾਰ ਦਾ ਦਿਲ ਪਸੀਜਦਾ ਹੈ ਜਾਂ ਫਿਰ ਨਹੀਂ। ਕਿਸਾਨ ਆਪਣੇ ਵੱਲੋਂ ਸ਼ਾਂਤੀਪੂਰਵਕ ਧਰਨੇ ਲਗਾ ਰਹੇ ਹਨ ਕਿ ਕੇਂਦਰ ਸਰਕਾਰ ਫਿਰ ਵੀ ਉਹਨਾਂ ਨੂੰ ਸ਼ਾਂਤੀਪੂਰਵਕ ਆਪਣਾ ਟਰੈਕਟਰ ਮਾਰਚ ਕਰਨ ਦੇਵੇਗੀ ਜਾਂ ਫਿਰ ਨਹੀਂ। ਕਿਸਾਨ ਪੂਰੀਆਂ ਤਿਆਰੀਆਂ ਦੇ ਵਿੱਚ ਨੇ। ਇੱਕ ਪਾਸੇ ਨੌਜਵਾਨ ਕਿਸਾਨਾਂ ਦੀ ਗੱਲ ਕਰੀਏ ਤਾਂ ਨੌਜਵਾਨ ਕਿਸਾਨ ਵੀ ਪੂਰੀ ਤਿਆਰੀ ਦੇ ਵਿੱਚ ਹਨ। ਪੰਜਾਬ ਤੋਂ ਕਿੰਨੀ ਹੀ ਭਾਰੀ ਮਾਤਰਾ ਦੇ ਵਿੱਚ ਟਰੈਕਟਰ ਟਰਾਲੀਆਂ 26 ਤਾਰੀਖ ਦੇ ਲਈ ਰਵਾਨਾ ਹੋਣ ਨੂੰ ਤਿਆਰ ਹਨ ਅਤੇ ਉਹਨਾਂ ਨੂੰ ਰੋਕਣ ਦੀ ਵੀ ਪੂਰੀ ਤਿਆਰੀ, ਕਿਤੇ ਨਾ ਕਿਤੇ ਜੋ ਜਾਣਕਾਰੀ ਮਿਲ ਰਹੀ ਹੈ ਪੂਰੀ ਤਿਆਰੀ ਹੈ। ਪਰ ਦੇਖਣਾ ਇਹ ਹੋਵੇਗਾ ਕਿ ਕੀ ਹੁਣ ਜੋ ਕਿਸਾਨ 26 ਤਾਰੀਖ ਲਈ ਦਿੱਲੀ ਕੂਚ ਕਰਨਗੇ ਉਹਨਾਂ ਨੂੰ ਦਿੱਲੀ ਪਹੁੰਚਣ ਦਿੱਤਾ ਜਾਵੇਗਾ ਜਾਂ ਫਿਰ ਜੋ ਕਿਸਾਨ ਇਹਨਾਂ ਸਮਿਆਂ ਦੇ ਵਿੱਚ ਦਿੱਲੀ ਪਹੁੰਚ ਜਾਣਗੇ ਯਾਨੀ 26 ਤਾਰੀਖ ਤੱਕ ਦਿੱਲੀ ਪਹੁੰਚ ਜਾਣਗੇ ਕਿ ਉਹਨਾਂ ਨੂੰ 26 ਤਾਰੀਖ ਨੂੰ ਟਰੈਕਟਰ ਮਾਰਚ ਕਰਨ ਦਿੱਤਾ ਜਾਵੇਗਾ? ਜੇਕਰ ਕਿਸਾਨਾਂ ਨੂੰ ਰੋਕਿਆ ਜਾਂਦਾ ਹੈ ਤਾਂ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਦਾ ਅੱਤਿਆਚਾਰ ਹੋਵੇਗਾ? ਅਤੇ ਜੇਕਰ ਉਹਨਾਂ ਦੇ ਉੱਤੇ ਅੱਤਿਆਚਾਰ ਹੁੰਦਾ ਹੈ ਤਾਂ ਉਹਨਾਂ ਦੇ ਵਿੱਚ ਬੱਚੇ ਵੀ ਸ਼ਾਮਿਲ ਹੋਣਗੇ, ਬੀਬੀਆਂ ਵੀ ਸ਼ਾਮਿਲ ਹੋਣਗੀਆਂ,
ਨੌਜਵਾਨ ਵੀ ਸ਼ਾਮਿਲ ਹੋਣਗੇ ਤੇ ਬਜ਼ੁਰਗ ਵੀ ਸ਼ਾਮਿਲ ਹੋਣਗੇ ਤੇ ਦੇਖਣਾ ਇਹ ਹੋਵੇਗਾ ਕਿ ਕੀ ਕੇਂਦਰ ਸਰਕਾਰ ਦਾ ਦਿਲ ਪਸੀਜਦਾ ਹੈ ਕੀ ਕੇਂਦਰ ਸਰਕਾਰ ਇਹਨਾਂ ਬੱਚਿਆਂ ਬੀਬੀਆਂ ਬਜ਼ੁਰਗਾਂ ਨੂੰ ਦੇਖਦੇ ਹੋਏ ਕਿ ਕੋਈ ਇਹੋ ਜਿਹਾ ਅਤਿਆਚਾਰ ਇਸ ਵਾਰ ਕਰਵਾਏਗੀ ਜਾਂ ਫਿਰ ਨਹੀਂ ਜੇਕਰ ਕਰਵਾਉਂਦੀ ਹੈ ਤਾਂ ਇਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਲਈ ਵਾਕਈ ਹੀ ਇਹ ਕਾਫੀ ਜ਼ਿਆਦਾ ਨਿੰਦਣ ਵਾਲੀ ਗੱਲ ਹੋਵੇਗੀ ਫਿਲਹਾਲ 26 ਤਾਰੀਖ ਦੀ ਰੈਲੀ ਨੂੰ ਲੈ ਕੇ ਤੁਸੀਂ ਆਪਣੇ ਕਮੈਂਟਸ ਕੀ ਦੇਣਾ ਚਾਹੁੰਦੇ ਹੋ ਆਪਣੇ ਕਮੈਂਟਸ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਤੇ ਬਾਲੀਵੁੱਡ ਪਾਲੀਵੁੱਡ ਅਤੇ ਦਿੱਲੀ ਦੇ ਖਬਰਾਂ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਦਿੱਲੀ ਦੇ ਅਪਡੇਟਸ ਦਿੰਦੇ ਰਹੀਏ।